ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ। ਜਿਵੇਂ ਕਿ ਆਪਾਂ ਸਾਹਮਣੇ ਦੇਖ ਸਕਦੇ ਹਾਂ, ਇੱਕ HP ਸਟਾਰਟਰ ਦੀ ਜਿਹੜੀ ਹਿਸਟਰੀ ਆ ਉਹ ਤੁਹਾਡੇ ਮੂਹਰੇ ਸਾਰੀ ਅੱਜ ਦੱਸ ਰਹੇ ਹਾਂ। ਜਿਵੇਂ ਕਿ ਕਨੈਕਸ਼ਨ ਵਗੈਰਾ ਇਹਦੇ ਕਿਵੇਂ ਹੁੰਦੇ ਨੇ, ਘਰਾਂ ਵਾਲੀ ਮੱਸੀ ਮੋਟਰ ਹੁੰਦੀ ਹੈ ਜਿਹਨੂੰ ਆਪਾਂ ਮੱਸੀ ਮੋਟਰ 1 HP ਜਾਂ 1.5 HP ਕਹਿ ਦਿੰਦੇ ਹਾਂ, ਉਹਦਾ ਜਿਹੜਾ ਸਟਾਰਟਰ ਹੁੰਦਾ ਗਾ ਉਹਦੇ ਕਨੈਕਸ਼ਨ ਕਿਵੇਂ ਹੁੰਦੇ, ਕਈ ਵਾਰੀ ਕੋਈ ਕਨੈਕਸ਼ਨ ਵਗੈਰਾ ਮੱਚ ਜਾਂਦਾ, ਕੋਈ ਬਟਨ ਖਰਾਬ ਹੋ ਜਾਂਦਾ, ਆਪਾਂ ਆਸਾਨ ਤਰੀਕੇ ਨਾਲ ਖੋਲ੍ਹ ਕੇ ਆਪ ਵੀ ਕਰੇ ਆਪਾਂ ਜੜ ਸਕਦੇ ਹਾਂ। ਇਹਦੇ 'ਚ 2 ਅੰਪੇਅਰ ਮੀਟਰ ਦਿਖਾਏ ਗਏ ਆ, 2 ਕਨਾਂਸਰ ਆ, 2 ਬਟਨ ਨੇ, 1 ਪੁਸ਼ ਬਟਨ ਆ, ਸਟਾਰਟ ਵਾਲਾ, 1 ਆਫ ਵਾਲਾ ਗਾ, ਸਟੋਪ ਵਾਲਾ ਕਹਿ ਦਿੰਦੇ ਜਿਵੇਂ, MCB ਵਗੈਰਾ ਗਾ। ਅਤੇ ਤੁਹਾਨੂੰ ਸਾਰਾ ਕੁਛ ਦੱਸਾਂਗੇ ਅੱਜ ਇਹਦੇ ਵਿੱਚ। ਇੱਕ ਇੱਥੋਂ ਆਪਾਂ ਮੇਨ ਸਪਲਾਈ ਲੈ ਲੈਣੀ ਹੈ ਸਿੱਧੀ, ਜਿਹੜੀ ਕਿ MCB 'ਤੇ ਵੱਗ ਗਈ। ਦੂਜੀ ਸਪਲਾਈ ਅੰਪੇਅਰ ਮੀਟਰ 'ਤੇ ਵੱਗ ਗਈ MCB 'ਚੋਂ। 1 ਪੁਸ਼ ਬਟਨ 'ਤੇ ਵੱਗ ਜੂਗੀ, ਜਿਹੜੇ ਕਿ ਆਪਾਂ ਵੋਲਟੇਜ ਨੂੰ ਦੱਬ ਕੇ ਚੈੱਕ ਕਰਨ ਵਾਸਤੇ। ਅਤੇ ਉਦੋਂ ਅੰਪੇਅਰ ਮੀਟਰ 'ਚੋਂ 1 ਸਟਾਰਟ ਜਿਹੜਾ ਆਪਣਾ ਹਰਾ ਗ੍ਰੀਨ ਬਟਨ ਹੁੰਦਾ ਉਹ 'ਤੇ ਲੱਗ ਗਈ। ਅਤੇ ਹੁਣ ਗ੍ਰੀਨ ਬਟਨ 'ਚੋਂ 1 ਜਿਹੜਾ ਕਿ ਆਪਣਾ ਕੰਡਕਸਰ ਹੁੰਦਾ ਹੈਗਾ MFD 45 ਜਾਂ 50 ਉਹਦੇ 'ਚ ਹੋਊਗੀ, 1 ਉਹਦੇ 'ਚੋਂ ਨਿਕਲ ਕੇ ਸਟਾਰਟਿੰਗ ਦੇ ਨਾਲ ਲੱਗ ਜੂਗੀ, ਸਟਾਰਟਿੰਗ ਵਾਲੇ ਕੰਪੇਸਟਰ ਦੇ ਨਾਲ 1 ਵਾਇਰ ਉਹਦੀ ਲੱਗ ਜੂਗੀ। ਇਹ ਦੋਨੇ ਵਾਇਰਾਂ ਇਕੱਠੀਆਂ ਹੋ ਜਾਣਗੀਆਂ। ਉਦੋਂ ਜਿਹੜਾ ਪੁਸ਼ ਬਟਨ ਵਾਲਾ ਸੀਗਾ ਉਹ ਅੰਪੇਅਰ ਵੋਲਟ ਮੀਟਰ 'ਤੇ ਲੱਗ ਗਈ, ਚੈੱਕ ਕਰਨ ਖਾਤਰ ਵੀ ਆਪਾਂ ਪੁਸ਼ ਬਟਨ ਦੱਬ ਕੇ ਚੈੱਕ ਕਰ ਸਕਦੇ ਹਾਂ। ਜਿਹੜੇ ਆਪਾਂ ਦੋਨੇ ਕਨੈਂਸਰਾਂ 'ਚ ਤਾਰ ਇਕੱਠੀ ਕਰੀ ਸੀ ਉਹ ਥੱਲੇ Y 'ਤੇ ਵੱਗ ਗਈ, ਜਿਹਨੇ ਕਿ ਆਪਾਂ ਜੈਲੋ ਤਾਰ ਕਹਿ ਸਕਦੇ ਹਾਂ। ਜਿਹੜੀ ਆਪਣੀ ਰਨਿੰਗ ਦੀ ਤਾਰ ਸੀਗੀ ਕੰਪਿਸਟਰ ਦੀ ਉਹ ਆਪਣੇ ਵੱਗ ਗਈ ਬਲਿਊ 'ਤੇ, ਰੈੱਡ ਤਾਰ 'ਤੇ ਵੱਗ ਗਈ ਸੋਰੀ। ਅਤੇ 1 ਆਪਾਂ ਸਟਾਰਟ ਬਟਨ 'ਚ ਚੱਕ ਕੇ ਤਾਂ ਕੰਡਕਟਰ 'ਤੇ ਲਾਤੀ ਉੱਪਰਲੇ ਪਾਸੇ, ਅਤੇ ਇੱਧਰੋਂ ਮੇਨ ਸਪਲਾਈ ਚੱਕ ਕੇ ਆਪਾਂ ਕੰਡਕਟਰ ਦੇ ਉੱਤੇ ਵੱਗ ਗਈ ਸੇਮ। ਇਹਦੇ ਜੀ ਆਪਾਂ 1 ਇਹਨੂੰ ਇੰਡੀਕੇਟਰ ਨੂੰ ਦਿੱਤੀ, 1 ਇੰਡੀਕੇਟਰ 'ਚੋਂ ਚੱਕ ਕੇ ਆਪਾਂ ਜਿਹੜਾ ਕਿ ਸਟੋਪ ਵਾਲਾ ਬਟਨ ਆ ਪੁਸ਼ ਉਹਦੇ 'ਤੇ ਦੇਤੀ। 1 ਵੋਲਟ ਮੀਟਰ 'ਚੋਂ ਆਪਾਂ ਜਿਹੜੀ ਮੇਨ ਸਪਲਾਈ ਸੀਗੀ ਉਹਦੇ 'ਚ ਦਿੱਤੀ ਕਨੈਕਟਰ ਵਾਲੀ ਸਾਈਡ, 1 ਇਹਨਾਂ 'ਚ ਚੱਕ ਕੇ ਆਪਾਂ ਸਿੱਧੀ ਜਿਹੜਾ ਕਿ ਕਨੈਕਟਰ ਦਾ ਕੋਇਲ ਹੁੰਦਾ ਉਹਨੂੰ ਦੇਤੀ। ਉਦੋਂ ਬਾਅਦ ਲਾਲ ਵਾਲੇ ਬਟਨ ਤੋਂ ਆਪਾਂ 1 ਤਾਰ ਫਿਰ ਚੱਕੀ, ਫਿਰ ਚੱਕ ਕੇ ਆਪਾਂ ਫਿਰ ਇਸ ਨੂੰ ਜਿਹੜਾ ਕਿ ਕੰਡਕਟਰ ਦਾ ਕੋਇਲ ਹੁੰਦਾ ਗਾ ਉਹਦੇ 'ਤੇ ਦੇਤੀ। ਫਿਰ ਆਪਾਂ ਕੰਡਕਟਰ ਤੋਂ ਚੱਕੀ ਦੂਸਰੀ, ਉਹ ਵੀ ਆਪਾਂ ਰੈੱਡ 'ਤੇ ਦੇਤੀ। ਹੁਣ ਆਪਾਂ ਇਹਦੇ 'ਚੋਂ 1 ਤਾਰ ਚੱਕੀ ਜਿਹੜੀ ਕਿ ਆਪਾਂ ਬਲਿਊ ਕੱਢਤੀ, ਲੀਲੀ ਤਾਰ ਜਿਹੜੀ ਆਪਾਂ ਮੋਟਰ ਦੀ ਹੁੰਦੀ ਆ, ਦੂਸਰੀ ਤਾਰ ਚੱਕੀ ਰੈੱਡ ਆ ਜਿਹੜੀ ਕਿ ਕੰਪਿਸਟਰਾਂ ਦੇ ਨਾਲ ਰੈੱਡ ਤਾਰ ਚੱਲੂਗੀ। ਇਹ ਸਾਰੇ ਹੋ ਗਏ ਕਨੈਕਸ਼ਨ, ਕਿਉਂਕਿ ਆਸਾਨ ਤਰੀਕੇ ਦੇ ਨਾਲ ਆਪਾਂ ਚੰਗੀ ਤਰ੍ਹਾਂ ਘਰ ਬੈਠੇ, ਕਈ ਵਾਰੀ ਕੋਈ ਨਹੀਂ ਪਤਾ ਹੁੰਦਾ ਤਾਂ ਆਪਾਂ ਕਰ ਸਕਦੇ ਹਾਂ। ਵੀਡੀਓ ਸ਼ੇਅਰ ਕਰ ਦਿਓ। ਸਤਿ ਸ਼੍ਰੀ ਅਕਾਲ, ਧੰਨਵਾਦ ਬਾਈ।